ਪਿਛਲੇ ਸਮੇਂ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਜਾਰੀ ਨੇ। ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਵਿੱਚ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ, ਜਿਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ। ਬੇਅਦਬੀ ਤੋਂ ਬਾਅਦ ਇਨਸਾਫ ਲਈ ਕੋਟਕਪੁਰਾ ਚੌਂਕ ਵਿੱਚ ਧਰਨਾ ਲਗਾਇਆ ਗਿਆ ਸੀ, ਜਿਸ ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਅਤੇ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ। ਉਸ ਸਮੇਂ ਤੋਂ ਲਗਾਤਾਰ ਸਿੱਖ ਆਗੂਆਂ ਵੱਲੋਂ ਇਨਸਾਫ ਲਈ ਰੋਸ ਧਰਨੇ ਕੀਤੇ ਜਾ ਰਹੇ ਹਨ, ਜੋ ਹੁਣ ਵੀ ਜਾਰੀ ਨੇ। ਸਮੇਂ ਦੀਆਂ ਸਰਕਾਰਾਂ ਵੱਲੋਂ ਕਈ ਕਮਿਸ਼ਨ ਬਣਾਏ ਗਏ, CBI ਵੱਲੋਂ ਜਾਂਚ ਵੀ ਜਾਰੀ ਹੈ। ਸਰਬੱਤ ਖਾਲਸਾ ਦੇ ਜਥੇਦਾਰ ਵੱਲੋਂ ਇਨਸਾਫ ਨਾ ਮਿਲਣ ਤੇ ਬਰਗਾੜੀ ਵਿੱਚ 1 ਜੂਨ ਤੋਂ ਇਨਸਾਫ ਮੋਰਚਾ ਸ਼ੁਰੂ ਕੀਤਾ ਗਿਆ ਸੀ, ਜਿਸ ਦੀ ਅਗਵਾਈ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਕੀਤੀ ਜਾ ਰਹੀ ਹੈ। ਹੁਣ ਇਹ ਮੋਰਚਾ 127ਵੇਂ ਦਿਨ ਵਿੱਚ ਪਹੁੰਚ ਗਿਆ ਹੈ। 7 ਅਕਤੂਬਰ ਨੂੰ ਆਮ ਆਦਮੀ ਪਾਰਟੀ ਦੇ ਬਾਗੀ ਸੁਖਪਾਲ ਖਹਿਰਾ ਅਤੇ ਨਵੀਂ ਗਠਨ ਕੀਤੀ ਗਈ ਜੁਆਇੰਟ ਕਮੇਟੀ ਵੱਲੋਂ ਇਨਸਾਫ ਨਾ ਮਿਲਣ ਕਰਕੇ ਕੋਟਕਪੁਰਾ ਤੋਂ ਬਰਗਾੜੀ ਮੋਰਚੇ ਤੱਕ ਰੋਸ ਮਾਰਚ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਸਰਬੱਤ ਖਾਲਸਾ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਬੇਅਦਬੀ ਮਾਮਲਿਆਂ ਦਾ ਹੱਲ ਨਹੀਂ ਕਰਦੀ ਤਾਂ ਕਾਂਗਰਸ ਦਾ ਹਾਲ ਵੀ ਅਕਾਲੀ ਦਲ ਵਾਲਾ ਹੋਵੇਗਾ। ਬਰਗਾੜੀ ਦੀ ਦਾਣਾ ਮੰਡੀ ਵਿੱਚ ਇਨਸਾਫ ਮੋਰਚਾ 1 ਜੂਨ ਤੋਂ ਲਗਾਤਾਰ ਜਾਰੀ ਹੈ। ਆਉਣ ਵਾਲੀ 7 ਤਰੀਕ ਨੂੰ ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਸੁਖਪਾਲ ਸਿੰਘ ਖਹਿਰਾ, ਸਾਬਕਾ ਵਿਰੋਧੀ ਧਿਰ ਪੰਜਾਬ ਦੇ ਨੇਤਾ, ਉਹ ਇੱਕ ਇਨਸਾਫ ਮਾਰਚ ਲੈ ਕੇ ਇੱਥੇ ਆ ਰਹੇ ਆ। ਬਰਗਾੜੀ ਦੀ ਦਾਣਾ ਮੰਡੀ 'ਚ ਸਿੱਖ ਸੰਗਤਾਂ ਵਹੀਰਾਂ ਘੱਤ ਕੇ ਹਜ਼ਾਰਾਂ ਦੀ ਤਾਦਾਦ ਵਿੱਚ ਉਹਦੇ ਵਿੱਚ ਪਹੁੰਚਣ ਅਤੇ ਬਰਗਾੜੀ ਦੀ ਧਰਤੀ 'ਤੇ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ। ਔਰ 14 ਤਰੀਕ ਨੂੰ ਜਿਹੜਾ ਸ਼ਹੀਦੀ ਦਿਹਾੜਾ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਸਰਾਵਾਂ ਦਾ, ਜਿਸ ਦਿਨ ਬਾਦਲ BJP ਸਰਕਾਰ ਨੇ ਕੋਟਕਪੂਰਾ ਅਤੇ ਬਹਿਬਲ 'ਚ ਗੋਲੀਆਂ ਡਾਂਗਾਂ ਦਾ ਮੀਂਹ ਭਰਾ ਦਿੱਤਾ, ਦੋ ਸਿੰਘ ਸ਼ਹੀਦ ਅਤੇ ਅਨੇਕਾਂ ਜ਼ਖਮੀ ਕਰ ਦਿੱਤੇ, ਉਹਨਾਂ ਸ਼ਹੀਦਾਂ ਸਿੰਘਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਇੱਥੇ ਦਾਣਾ ਮੰਡੀ 'ਚ ਮਨਾਇਆ ਜਾ ਰਿਹਾ। ਲੱਖਾਂ ਸਿੱਖ ਸੰਗਤਾਂ ਹਰਿਆਣਾ, ਪੰਜਾਬ, ਹਿਮਾਚਲ, ਹੋਰ ਸਟੇਟਾਂ 'ਚੋਂ ਵੀ ਇੱਥੇ ਪਹੁੰਚ ਰਹੀਆਂ ਨੇ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਜੋ 12 ਤਰੀਕ ਨੂੰ ਆਰੰਭ ਹੋਣਗੇ ਅਤੇ 14 ਨੂੰ ਭੋਗ ਪਾਏ ਜਾਣਗੇ। ਸਵੇਰੇ 10 ਵਜੇ ਤੋਂ 4 ਵਜੇ ਤੱਕ ਇਹ ਜਿਹੜਾ ਹੈਗਾ ਸ਼ਹੀਦੀ ਸਮਾਗਮ ਚੱਲੇਗਾ। ਸੋ ਆਪਣੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਅਤੇ ਇਸ ਇਨਸਾਫ ਮੋਰਚੇ ਦੀ, ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਸਾਰੇ ਧਾਰਮਿਕ, ਰਾਜਨੀਤਿਕ ਔਰ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਸਾਰੇ ਮਾਈ ਭਾਈ, ਇਨਸਾਫ ਪਸੰਦ ਹਿੰਦੂ, ਮੁਸਲਮਾਨ, ਸਿੱਖ, ਈਸਾਈ ਮੂਲ ਨਿਵਾਸੀ ਸਾਰੇ ਵਹੀਰਾਂ ਘੱਤ ਕੇ ਇੱਥੇ ਆਓ ਔਰ ਇਹ ਜਿਹੜੀ ਹੈ ਇਨਸਾਫ ਦੀ ਆਵਾਜ਼ ਨੂੰ ਆਪਾਂ ਸਾਰੇ ਬੁਲੰਦ ਕਰੀਏ। 7 ਤਰੀਕ ਨੂੰ ਜੋ ਰੈਲੀਆਂ ਹੋ ਰਹੀਆਂ ਨੇ ਹੋਰੀ ਪਾਰਟੀ ਕਰੇ, ਉਹ ਕਿਸ ਨਜ਼ਰ ਨਾਲ ਵੇਖਦੇ? ਦੇਖੋ, ਜਿਹੜੀਆਂ ਰੈਲੀਆਂ ਨੇ ਉਹ ਬਾਅਦ ਵਿੱਚ ਰੱਖੀਆਂ ਗਈਆਂ ਨੇ ਇਨਸਾਫ ਵਾਲੇ ਪਾਸੇ ਤੋਂ ਲੋਕਾਂ ਦਾ ਧਿਆਨ ਡਾਈਵਰਟ ਕਰਨ ਵਾਸਤੇ। ਇਹ ਜਿਹੜਾ 7 ਤਰੀਕ ਦਾ ਪ੍ਰੋਗਰਾਮ ਕੋਟਕਪੂਰਾ ਤੋਂ ਬਰਗਾੜੀ ਦਾ, ਇਹ ਪਹਿਲਾਂ ਉਲੀਕਿਆ ਗਿਆ ਸੀ, ਬਾਅਦ ਵਿੱਚ ਲੰਬੀ ਅਤੇ ਪਟਿਆਲੇ ਦੀਆਂ ਰੈਲੀਆਂ ਉਲੀਕੀਆਂ ਗਈਆਂ ਨੇ। ਮੈਂ ਸਮਝਦਾ ਕਿ ਸਰਕਾਰ ਇਨਸਾਫ ਦੇਣਾ ਨਹੀਂ ਚਾਹੁੰਦੀ। ਪਹਿਲਾਂ ਦੋਸ਼ੀ ਨੇ ਜਿਹੜੇ ਉਹ ਪਟਿਆਲੇ ਜਾ ਰਹੇ ਨੇ ਅਤੇ ਜਿਹੜੇ ਦੋਸ਼ੀਆਂ ਨੂੰ ਬਚਾਉਣ ਵਾਲੇ ਉਹ ਲੰਬੀ ਜਾ ਰਹੇ ਆ। ਉਹਨਾਂ ਨੇ ਆਪਸ ਦੇ ਵਿੱਚ ਜਿਹੜਾ ਦੋਸਤੀ ਨਿਭਾਉਣੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ। ਕੇਂਦਰ ਸਰਕਾਰ ਦੀ ਦਖਲਅੰਦਾਜ਼ੀ ਵਧੀ ਆ, ਉਹਨਾਂ ਨੇ ਡੰਡਾ ਦਿਖਾਇਆ, ਉਹ ਇਨਸਾਫ ਦੇਣਾ ਨਹੀਂ ਚਾਹੁੰਦੇ। ਪਰ ਅਸੀਂ ਕੇਂਦਰ ਸਰਕਾਰ ਨੂੰ ਅਤੇ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਕਿ ਪੂਰਨ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਇਹ ਜਿਹੜਾ ਇਨਸਾਫ ਮੋਰਚਾ ਲਗਾਇਆ। ਬਕਾਇਦਾ 125 ਦਿਨ ਹੋ ਗਿਆ, ਕਿਸੇ ਕੁੱਕਰ ਦੇ ਡੰਡਾ ਨਹੀਂ ਮਾਰਿਆ। ਅਸੀਂ ਪੰਜਾਬ ਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ ਭਾਈਚਾਰਕ ਏਕਤਾ ਦੇ ਮਦਈ ਹਾਂ। ਅਸੀਂ ਭਾਈਚਾਰਕ ਸਾਂਝ ਚਾਹੁੰਦੇ ਹਾਂ, ਸਰਬੱਤ ਦੇ ਭਲੇ ਦੇ ਮਦਈ ਹਾਂ ਅਤੇ ਪੂਰਨ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਹਾਂ। ਸਰਕਾਰਾਂ ਇਹਨੂੰ ISI ਕਹਿ ਕੇ, ਮਿਲੀਟੈਂਟ ਕਹਿ ਕੇ ਜਾਂ ਕੋਈ ਹੋਰ ਕਹਿ ਕੇ ਇਹਨੂੰ ਜਿਹੜਾ ਬਦਨਾਮ ਨਹੀਂ ਕਰ ਸਕਦੀਆਂ, ਭੰਡ ਨਹੀਂ ਸਕਦੀਆਂ। ਲੋਕ ਸੁਚੇਤ ਹੋ ਚੁੱਕੇ ਆ, ਇੱਥੇ ਹਿੰਦੂ ਭਰਾ, ਮੁਸਲਮਾਨ ਭਰਾ, ਈਸਾਈ ਭਰਾ ਵਹੀਰਾ ਘੱਤ ਕੇ ਆ ਰਹੇ ਆ। ਸੋ ਸਰਕਾਰ ਇਨਸਾਫ ਦੇਵੇ, ਨਾ ਕਿ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਰੈਲੀਆਂ ਦੀ ਖੇਡ ਖੇਡੇ। ਇਸ ਬਰਗਾੜੀ ਦੇ ਧਰਤੀ ਦੇ ਉੱਤੇ ਇਨਸਾਫ ਦੀ ਮੰਗ ਹੋ ਰਹੀ ਹੈ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ, ਸਿੰਘਾਂ ਦੀ ਸ਼ਹਾਦਤ ਦਾ ਮੁੱਦਾ ਵਾ। ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ। ਪੰਜਾਬ ਦੀ ਸਰਕਾਰ ਅਤੇ ਕੇਂਦਰ ਦੀ ਸਰਕਾਰ ਇਨਸਾਫ ਦੇਵੇ, ਨਾ ਕਿ ਜਿਹੜੀਆਂ ਪਾਰਟੀਆਂ ਨੇ ਰੈਲੀਆਂ ਦੇ ਵਿੱਚ ਲੋਕਾਂ ਦਾ ਧਿਆਨ ਡਾਈਵਰਟ ਕਰਨ। ਇਹਨੂੰ ਲੋਕਾਂ ਨੇ ਪ੍ਰਵਾਨ ਨਹੀਂ ਕਰਨਾ। ਪਹਿਲਾਂ ਬਾਦਲਾਂ ਨੇ ਬਥੇਰਾ ਇੱਦਾਂ ਦੀਆਂ ਰੈਲੀਆਂ ਕਰਕੇ ਲੋਕਾਂ ਦਾ ਧਿਆਨ ਭਟਕਾਉਣਾ ਚਾਹਿਆ। ਅੱਜ ਉਹਨਾਂ ਦੇ ਕੀ ਹਾਲਾਤ ਆ, ਕੰਧਾਂ 'ਚ ਵੱਜਦੇ ਫਿਰਦੇ ਆ, ਉਹਨਾਂ ਦੇ ਪੈਰਾਂ ਥੱਲਿਓਂ ਸਿਆਸੀ ਜ਼ਮੀਨ ਖਿਸਕੀ ਹੋਈ ਆ। ਜੇ ਕੈਪਟਨ ਅਮਰਿੰਦਰ ਸਿੰਘ ਵੀ ਇਨਸਾਫ਼ ਨਹੀਂ ਦੇਣਗੇ, ਬਾਦਲਾਂ ਵਾਲੇ ਰਾਹ ਪੈਣਗੇ, ਤਾਂ ਉਹਨਾਂ ਨੂੰ ਵੀ ਆਪਣਾ ਅੰਜਾਮ ਜਿਹੜਾ ਉਹ ਸੋਚ ਕੇ ਰੱਖਣਾ ਚਾਹੀਦਾ। ਲੋਕਾਂ ਨੇ ਉਹਨਾਂ ਨੂੰ ਵੀ ਬਾਦਲਾਂ ਵਾਲੇ ਰਾਹ ਤੋਰ ਦੇਣਾ ਅਤੇ ਇਸ ਕਾਰਨ ਕਰਕੇ ਅਸੀਂ ਚਾਹੁੰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਲੋਕਾਂ ਨੂੰ ਆਸ ਆ ਕਿ ਉਹ ਇਨਸਾਫ ਕਰਨ, ਉਹਨਾਂ ਨੂੰ ਇਸ ਤਰੀਕੇ ਨਾਲ ਰੈਲੀਆਂ ਦੀ ਖੇਡ ਵਿੱਚ ਪੈ ਕੇ ਜਿਹੜਾ ਇਨਸਾਫ ਦੀ ਆਵਾਜ਼ ਨੂੰ ਮੱਧਮ ਨਹੀਂ ਕਰਨਾ ਚਾਹੀਦਾ। ਇਨਸਾਫ ਦੀ ਜਿਹੜੀ ਆ ਆਵਾਜ਼, ਉਹਨੂੰ ਬੁਲੰਦ ਕਰਨਾ ਚਾਹੀਦਾ, ਇਨਸਾਫ ਦੇਣਾ ਚਾਹੀਦਾ। ਬਿਊਰੋ ਰਿਪੋਰਟ, ਦਾ TV, NRI।